ਅੰਮ੍ਰਿਤਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਕੁੜੀਆਂ ਨੂੰ ਛੇੜਨ ਦੇ ਦੋਸ਼ ਦੇ ਵਿੱਚ ਮੌਕੇ ਤੇ ਗ੍ਰਿਫਤਾਰ ਕੀਤਾ। ਹਾਲਾਂਕਿ ਇਸ ਮਾਮਲੇ ਦੇ ਵਿੱਚ ਕੁੜੀ ਦੇ ਭਰਾ ਦਾ ਕਹਿਣਾ ਕਿ ਉਸਨੇ ਖੁਦ ਫੜ ਕੇ ਇਸ ਮਜਨੂੰ ਨੂੰ ਪੁਲਿਸ ਦੇ ਹਵਾਲੇ ਕੀਤਾ, ਪਰ ਪੁਲਿਸ ਫੜੇ ਗਏ ਨੌਜਵਾਨ ਨੂੰ ਖੁਦ ਫੜਨ ਦਾ ਦਾਅਵਾ ਕਰ ਰਹੀ ਹੈ। ਮੇਰਾ ਨਾਮ ਸਾਗਰ ਹੈ ਤੇ ਮੈਂ ਵਾਦੀ ਨਵੀਂ ਵਾਦੀ ਦਾ ਰਹਿਣ ਵਾਲਾ ਹੈ ਤੇ ਅੱਜ ਮੇਰੀ ਭੈਣ ਨੂੰ ਛੇੜਦੇ ਸੀ ਤੇ ਇਹਨੇ ਮੈਨੂੰ ਦੱਸਿਆ ਤੇ ਫਿਰ ਮੈਂ ਗਿਆ ਪਿੱਛੇ ਤੇ ਇਹਨੇ ਮੁੰਡੇ ਇਕੱਠੇ ਕਰ ਲਏ ਤੇ ਫਿਰ ਉੱਥੇ ਲਾਗੇ PCR ਵਾਲੇ ਸੀ ਤੇ ਮੈਂ PCR ਵਾਲਿਆਂ ਨੂੰ ਕਹਿਤਾ ਤੇ ਫਿਰ ਇਹਨਾਂ ਨੂੰ ਇੱਥੇ ਲਿਆਏ ਜਿਹੜੇ ਬਾਕੀ ਮੁੰਡੇ ਉਹ ਭੱਜ ਗਏ। ਰੋਜ਼ ਆਉਂਦੇ ਹੁੰਦੇ ਸਿਸਟਰ, ਅੱਜ ਇਹਨੇ ਮੈਨੂੰ ਕਹਿਤਾ ਤੇ ਅੱਜ ਆਇਆ ਤੇ ਇਹਨਾਂ ਨੇ ਮੁੰਡੇ ਮੁੰਡੇ ਇਕੱਠੇ ਕਰ ਲਏ ਸਾਰੇ। ਇਹ ਸਕੂਲ ਨੇ ਮਾਲ ਰੋਡ ਸਕੂਲ ਹੈ ਜਾਂ ਫੋਰੈਸਟ ਸਕੂਲ ਹੈ, BBK DAV ਕਾਲਜ ਹੈ, ਉੱਥੇ ਅਸੀਂ ਨਾ ਸਪੈਸ਼ਲ ਸਾਨੂੰ ਸ਼ਿਕਾਇਤਾਂ ਆਉਂਦੀਆਂ ਸੀ ਵੀ ਇੱਥੇ ਲੜਕੀਆਂ ਨਾਲ ਕੋਈ ਲੜਕੇ ਛੇੜਛਾੜ ਕਰਦੇ ਆ। ਇਹਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇੱਥੇ ਆਪਣੇ ਬੰਦੇ ਲਾਏ ਹੋਏ ਸੀ, ਕੁਝ ਸਿਵਲ 'ਚ ਵੀ ਲਾਏ ਆ, ਕੁਝ ਲੜਕੀਆਂ ਨੇ ਸਾਡੀਆਂ ਪੈਟਰੋਲਿੰਗ ਕਰਦੀਆਂ ਨੇ ਐਕਟਿਵਾ ਵਾਲੀਆਂ, ਉਹਨਾਂ ਨੂੰ ਲਾਇਆ ਹੋਇਆ। ਅਤੇ ਅੱਜ ਇਹ ਮਾਮਲਾ ਇੱਕ ਧਿਆਨ ਵਿੱਚ ਆਇਆ ਵੀ ਜਿਹੜਾ ਇੱਕ ਲੜਕੀ ਮਾਲ ਰੋਡ ਦੀ ਸੀਗੀ ਉਹਦਾ ਪਿੱਛਾ ਕਰਦੇ ਪਏ ਸੀ, ਇਹ ਲੜਕੇ ਉਹਨੂੰ ਛੇੜਛਾੜ ਕਰ ਰਹੇ ਸੀ। ਅਸੀਂ ਉੱਥੇ ਮੁਲਾਜ਼ਮ ਲਾਏ ਹੋਏ ਸੀ ਪਹਿਲੇ ਹੀ, ਉਹ ਫਿਰ ਉਹਨਾਂ ਨੂੰ ਇਹਨੂੰ ਪਕੜ ਕੇ ਲੈ ਆਏ ਲੜਕੇ ਇੱਕ ਨੂੰ। ਅਸੀਂ ਹੁਣ ਉਹਨਾਂ ਕੋਲ ਕੰਪਲੇਂਟ ਲੈ ਰਹੇ ਹਾਂ ਅਤੇ ਇਹਦੇ ਵੀ ਅਸੀਂ ਪੇਰੈਂਟਸ ਨੂੰ ਬੁਲਾ ਰਹੇ ਹਾਂ ਅਤੇ ਅੱਗੇ ਤੋਂ ਅਜਿਹੀ ਹਰਕਤ ਨਾ ਹੋਵੇ। ਕਾਰਵਾਈ ਜਿੱਦਾਂ ਲੜਕੀ ਹੁਣ ਮਾਈਨਰ ਆ, 7th ਚ ਪੜ੍ਹਦੀ ਹੈ, ਅੱਗੇ ਉਹਨਾਂ ਦੇ ਪੇਰੈਂਟਸ ਬੁਲਾਉਣਗੇ ਜਿੱਦਾਂ ਉਹਨਾਂ ਦੇ ਪੇਰੈਂਟਸ ਕਹਿਣਗੇ ਅਸੀਂ ਉਹਦੇ ਕਾਨੂੰਨ ਦੇ ਮੁਤਾਬਕ ਕਰ। ਪਹਿਲੇ ਵੀ ਉਹ ਦੱਸ ਰਹੀ ਹੈ ਲੜਕੀ ਵੀ ਪਹਿਲੇ ਵੀ ਇੱਕ ਦੋ ਵਾਰੀ ਆਇਆ ਪਰ ਅੱਜ ਉਹਨੇ ਛੇੜਛਾੜ ਕੀਤੀ ਹੈ। ਕੈਮਰਾਮੈਨ ਹਰਜੀਤ ਗਰੇਵਾਲ ਦੇ ਨਾਲ ਅਮਨ ਮਾਹਲ ਦੀ ਰਿਪੋਰਟ, ਪੈਰੇਦਾ TV।